जिहड़ा पति ना अपनी पत्नी दीआं पसंदां दा ध्यान रखे, औखे टाइम उहदा साथ देवे, ते उहदे पेक्यां दे विच मोढे ना मोढा जोड़ के उहदीआं खुशीआं विच खुश होवे, इहनूं गुलामी नहीं कहिंदे। ਗੁੱਡੀ ਖਾ ਲਾ, ਤੂੰ ਤਾਂ ਸੰਗੀ ਜਾਂਦੀ ਆ ਪੇਕਿਆਂ ਕਿ ਕੁੜੀਆਂ ਸੰਗਦੀਆਂ ਥੋੜੀ ਆ। ਨਹੀਂ ਨਹੀਂ ਮੰਮੀ, ਮੈਂ ਨਹੀਂ ਖਾਣੇ, ਮੈਂ ਨਹੀਂ ਖਾਂਦੀ, ਘਰੇ ਪਏ ਨੇ ਬਹੁਤ। ਐਂ ਤਾਂ ਮੈਨੂੰ ਪਤਾ ਤੇਰੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਤੈਨੂੰ ਰੱਜੇ ਪੁੱਜੇ ਘਰ ਵਿਆਹਿਆ ਅਸੀਂ। ਭਾਨੋ, ਕੁੜੀ ਗੱਲਾਂ ਤਾਂ ਮੈਂ ਇੰਨੀ ਸੌਖੀ ਆ ਨਾ, ਪ੍ਰਾਹੁਣਾ ਇੰਨਾ ਚੰਗਾ ਮਿਲਿਆ ਤੇ ਸਾਹ 'ਚ ਸਾਹ ਲੈਂਦਾ, ਕਦੇ ਰੋਕ ਟੋਕ ਨਹੀਂ ਕਰਦਾ। ਇੱਕ ਆ ਬੇਵਕੂਫ ਮੇਰਾ ਪੁੱਤ ਕਰਮਾ, ਜਮਾ ਹੀ ਨਿਕੰਮਾ, ਇਹਨੇ ਤਾਂ ਆਪਦੀ ਜਨਾਨੀ ਬਹੁਤ ਹੀ ਸਿਰ ਚੜ੍ਹਾਈ ਹੋਈ ਆ। ਜੀਨ ਪਾਵੇ, ਜੋ ਮਰਜ਼ੀ ਕਰੇ, ਜਾਂ ਤਾਂ ਮਾਂ ਦੇ ਪੁੱਤ ਨੇ ਕਦੇ ਰੋਕਿਆ ਹੋਵੇ ਉਹਨੂੰ। ਮੈਂ ਤਾਂ ਸਮਝਾ ਸਮਝਾ ਕੇ ਥੱਕ ਗਈ, ਇਸ ਬਹੂ ਨੇ ਉਸ ਮੁੰਡੇ ਦੇ ਦਿਮਾਗ 'ਤੇ ਪਰਦਾ ਪਾਇਆ ਹੋਇਆ। ਮੇਰੀ ਤਾਂ ਉਹੀ ਸੁਣ ਕੇ ਰਾਜ਼ੀ ਨਹੀਂ, ਆਏ ਉਹਦੇ ਮਗਰ ਮਗਰ ਤੁਰਿਆ ਫਿਰਦਾ ਜਿਵੇਂ ਬੱਕਰੀ ਪਿੱਛੇ ਲੇਲਾ ਫਿਰਦਾ ਹੁੰਦਾ। ਭਾਬੀ, ਉਹਨਾਂ ਦੋਹਾਂ ਜੀਆਂ ਦੇ ਤਾਂ ਮੈਂ ਤੁਹਾਨੂੰ ਉਲਾਂਭਾ ਦੇਣ ਆਈ ਹਾਂ, ਆਹ 4 ਕੁ ਦਿਨ ਮੇਰੇ ਕੋਲ ਪਿੰਡ ਕੀ ਰਹਿ ਗਏ, ਉਹਨਾਂ ਤਾਂ ਸਾਰੇ ਥੂ ਥੂ ਕਰਾਤੀ ਮੇਰੀ। ਨਾ ਇਹੋ ਜਿਹਾ ਕੀ ਕਰਤਾ ਇਹਨਾਂ ਨੇ? ਕਰਨਾ ਕੀ ਹੈ, ਆ ਬਹੁਤੇ ਮਾਡਰਨ ਬਣੇ ਫਿਰਦੇ ਨੇ, ਮੇਰੀ ਪਿੰਡ 'ਚ ਸਾਰੇ ਥੂ ਥੂ ਕਰਾਤੀ, ਐਂ ਹੱਥਾਂ 'ਚ ਹੱਥ ਪਾਈ ਫਿਰਦੇ ਸੀ ਦੋਹੇ ਜੀ। ਆ ਪਿੰਡ ਦੇ ਲੋਕ ਮੈਨੂੰ ਕਹਿੰਦੇ, ਭਾਨੋ ਆਹ ਤੇਰਾ ਭਤੀਜਾ ਤੇ ਭਤੀਜ ਨੂੰ ਨੇ, ਇਹਨਾਂ ਤਾਂ ਭੋਰਾ ਬੈਠਣ ਉੱਠਣ ਦੀ ਅਕਲ ਨਹੀਂ। ਆਹੀ ਤਾਂ ਗੱਲ ਮੈਂ ਪਿੱਟਦੀ ਹਾਂ ਤੈਨੂੰ ਭਾਨੋ, ਵੀ ਇਹਨੇ ਦੁਖੀ ਕੀਤਾ ਪਿਆ, ਉਹਨੂੰ ਵਾਰ ਵਾਰ ਪੁੱਛੂ ਤੁਸੀਂ ਕੀ ਖਾਓਗੇ, ਤੁਸੀਂ ਕੀ ਲਿਆਓਗੇ, ਕੀ ਲਾਓਗੇ, ਬਸ ਆਹੀ ਕੁਛ ਕਰਦਾ ਤੁਰਿਆ ਫਿਰਦਾ ਸਾਰਾ ਦਿਨ ਉਹਦੇ ਮਗਰ ਮਗਰ। ਜੇ ਕਿਤੇ ਉਹ ਮਾੜੀ ਮੋਟੀ ਢਿੱਲੀ ਮਿੱਠਾਈ ਹੋ ਜਾਵੇ, ਜਦੇ ਹੀ ਡਾਕਟਰਾਂ ਦੇ ਕਦੇ ਟੈਸਟ ਕਰਾਊ, ਕਦੇ ਉਹ ਡਾਕਟਰ ਦੇ ਲਿਜਾ, ਕਦੇ ਉਹਦੇ ਲਿਜਾ, ਘਰੇ ਨਹੀਂ ਪੈਰ ਚੱਕ ਕੇ ਇੱਕ ਮਿੰਟ ਵੀ ਬਹਿੰਦਾ। ਆ ਫੇਰ ਇਹ ਜੀ ਮੁੰਡੇ ਸਾਨੂੰ ਮੱਤਾਂ ਦਿੰਦੇ ਨੇ, ਕਹਿੰਦੇ ਸਾਨੂੰ ਜੋਰੂ ਦਾ ਗੁਲਾਮ ਨਾ ਕਹੋ। ਜਦ ਹੈਗੇ ਹੀ ਆ, ਦੇਖਦੇ ਵੀ ਆ ਤਾਂ ਕਹਾਂ ਗਈ। ਮੰਮੀ, ਹੁਣ ਤੁਸੀਂ ਵੀ ਆਪਣਾ ਸੁਭਾਅ ਬਦਲਣ ਦੀ ਕੋਸ਼ਿਸ਼ ਕਰੋ, ਜ਼ਮਾਨਾ ਬਦਲ ਗਿਆ ਹੁਣ। ਅੱਗ ਲੱਗੇ ਤੁਹਾਡੇ ਇਹੋ ਜਿਹੇ ਬਦਲਦੇ ਜ਼ਮਾਨੇ ਨੂੰ, ਅੱਗੇ 100 ਲੱਜਾਂ ਸ਼ਰਮਾਂ ਹੁੰਦੀਆਂ ਸੀ। ਪਰ ਮੰਮੀ, ਬੀਰਾ ਤੇ ਭਾਬੀ ਹੈ ਕਿੱਥੇ ਨੇ ਹੁਣ? ਗਿਆ ਆਪਦੇ ਸਹੁਰੀ, ਉਹਦੇ ਚਾਚੇ ਦੇ ਮੁੰਡੇ ਦਾ ਵਿਆਹ ਵੋਟੀ ਦੇ, ਅਮਰੀਕਾ ਤੋਂ ਆਇਆ ਉਹ, ਉੱਥੇ ਆਈ ਕੇ ਖਨੁੱਥੇ ਕਰਦਾ ਫਿਰਦਾ ਹੋਊਗਾ। ਭਾਨੋ, ਹੁਣ ਤਾਂ ਇਹ ਦੇਖਦੇ ਆ ਵਿਆਹ 'ਚ ਕੀ ਰੰਗ ਲਾ ਕੇ ਆਉਂਦੇ ਆ, ਕਿੱਥੇ ਕਿੱਥੇ ਸਾਡੀ ਬੇਇੱਜ਼ਤੀ ਕਰਾਉਣਗੇ। ਪੇਕਿਆਂ ਦੇ ਵਿਆਹ ਦੇ ਚਾਅ 'ਚ ਨਾ ਭੁੱਖੀ ਨਾ ਬੈਠੀ ਰਹੀ ਕਿਤੇ, ਆਹ ਪੀ ਲੈ ਕੁਛ ਮਾੜਾ ਜਿਹਾ। ਓਹੋ, ਚੁੰਨੀ ਤੇਰੀ ਥੱਲੇ ਡਿੱਗੀ ਹੋਈ ਆ, ਧਿਆਨ ਰੱਖ, ਚੱਕ, ਆ ਠੰਡ 'ਚ ਤੈਨੂੰ ਕੱਪੜੇ ਧੋਣੇ ਕਿਹੜਾ ਸੌਖੇ ਨੇ। ਸਤਿ ਸ਼੍ਰੀ ਅਕਾਲ ਚਾਚੀ ਜੀ, ਮੇਰੀ ਚਾਚੀ ਦੀ ਤਾਂ ਬੱਲੇ ਬੱਲੇ ਹੋਈ ਪਈ ਆ। ਤੁਸੀਂ ਭਮਤਰੀ ਪਈਆਂ, ਟਾਈਮ ਦੇਖ ਲਾ ਉਹ ਤੋਂ ਕਿੰਨਾ ਹੋ ਗਿਆ, ਆ ਕੋਈ ਉੱਠਣ ਦਾ ਟਾਈਮ ਹਜੇ ਮੈਨੂੰ ਭਮਤਰੀ ਦੱਸ ਦੇ। ਮੰਮੀ, ਤੁਹਾਨੂੰ ਪਤਾ ਤਾਂ ਹੈਗਾ ਰਾਤ ਅਸੀਂ ਲੇਟ ਆਏ ਆ, ਸਾਰੇ ਇਕੱਠੇ ਹੋਏ ਹੋਏ ਸੀ, ਨੱਚਦੇ ਟੱਪਦਿਆਂ ਨੂੰ 1:30 ਵੱਜ ਗਿਆ। ਨਾ ਉਹ ਤਾਂ ਜਿਹਾ ਜਿਹਾ ਹੈਗਾ ਹੈਗਾ, ਤੂੰ ਉਦੋਂ ਵੀ ਚੰਦਾ, ਤੁਸੀਂ ਨੱਚਣ ਵਾਲੇ ਸੀ, ਹੋਰ ਉੱਥੇ ਕੋਈ ਨਹੀਂ ਸੀ ਨੱਚਣ ਵਾਲਾ, ਉਹਨੂੰ ਭੇਜਣਾ ਮੇਰੇ ਕੋਲ, ਉਹਨੂੰ ਘਰਾਂ ਸਿੱਧਾ। ਹਾਂ ਬੇਬੇ। ਹਾਂ ਪੁੱਤ, ਤੂੰ ਤਾਂ ਬਹੁਤਾ ਹੀ ਸਾਂਝ ਨਹੀਂ ਉੱਠ ਖੜਿਆ ਹੈ। ਅੱਛਾ, ਸੋਰੀ ਵਿਆਹ ਗਿਆ ਸੀ ਤਾਂ ਉੱਥੇ ਫਿਰ ਕੀ ਚੰਦ ਚੜਾਇਆ ਹੋਇਆ ਹੁਣ? ਬਹੁਤ ਇੰਜੋਏ ਕੀਤਾ, ਬਹੁਤ ਅਗਲਿਆਂ ਨੇ ਵੀ ਪੂਰੀ ਬਣਦੀ ਇੱਜ਼ਤ ਕੀਤੀ ਹੈ। ਜਿਵੇਂ ਉਹ ਤੈਨੂੰ ਘਰੇ ਉਂਗਲਾਂ ਤੇ ਨਚਾਉਂਦੀ ਆ, ਉਵੇਂ ਉੱਥੇ ਨਚਾਉਂਦੀ ਹੋਊ, ਤੂੰ ਨੱਚੀ ਜਾਂਦਾ ਹੋਵੇਗਾ। ਨਾ ਬੇਬੇ, ਤੂੰ ਕਿਉਂ ਐਵੇਂ ਓਪਰੀਆਂ ਤੇ ਸੜੀਆਂ ਜੀਆਂ ਗੱਲਾਂ ਕਰਨ ਲੱਗ ਗਈ? ਉਹ ਘਰ ਦਾ ਵਿਆਹ ਸੀ, ਇੰਨਾ ਕੁ ਤਾਂ ਇੰਜੋਏ ਹੋਣਾ ਹੀ ਸੀ। ਤੁਹਾਡਾ ਤਾਂ ਵਿਆਹ ਤੋਂ ਬਿਨਾਂ ਵੀ ਵਿਆਹ ਵਾਲਾ ਹਾਲ ਹੁੰਦਾ ਘਰੇ,
उत्थे भी ओवे पछता होगा की खाऊंगे जी की लिया मां जी। ते बेबे च फिर माड़ी गल भी की है, ओ जे मैं नहीं पुछू तो होर कौन पुछूगा। तुसी अनोखे ही हो, असी केड़ा ब्याह नहीं देखे। आ तेरा डैडी जांदे हुंदे सी ब्याह उत्थे छड्ड दिंदा सी लिजा के आए, जिवें बग दे विच बकरियां छड्डी दियां ने, मुड़ के कदे पुछिया नहीं। आउण वेले फिर कहिंदा सी चल चलिए। ओ अपना खान च मस्त रहिंदे सी, असी अपना मस्त रहिंदियां सी। आ तू देख ला हुण किहो जिहे चोचले करदा तुरिया फिरदा। बेबे मैनू तां ना इह समझ नहीं आउंदी तू कहना की चाहुंदी आ। मैं तैनू इह कहिंदी आ जोरू दा गुलाम बणना बंद कर, जनानी नूं थोड़ा जिहा खिच के रखी दा हुंदा। तू जिहड़ा उहनूं सिर चढ़ाया होया ना, तू मेरी गल याद रखी, जद तेरे सिर चढ़ गई ना फिर तैनूं लाउणी औखी हो जाणी आ। हुण तां समझ गया मैं की कहना चाहुंदी सी, कहो जिहा भी तेरी अकल दे इहनूं पड़दा ही पाया होया। हां बेबे हुण तां मैं चंगी तरह ही समझ गया कि तू कहना की चाहुंदी सी ना। मैं आपदी वाइफ दा केयर करदा ते इहदा मतलब मैं जोरू दा गुलाम है, ओहदे औखे टाइम मैं ओहदा साथ दिंदा तां मैं जोरू दा गुलाम है, ओहनूं बीमार होई तो मैं दवाई दवाना कि मैं जोरू दा गुलाम है। हद हो गई, किन्नी सौखी जी परिभाषा तुसीं कर दिंदे हो। वे जिहड़ा हसबेंड आपदी वाइफ दा ध्यान रखदा तां जोरू दा गुलाम हो गया। हाँ हाँ इहनूं ही जोरू दा गुलाम कहिंदे ने। देख बेबे जिहड़ा पति ना अपनी पत्नी दीआं पसंदां दा ध्यान रखे, औखे टाइम ओहदा साथ देवे ते ओहदे पेक्यां दे विच मोढे ना मोढे जोड़ के ओहदीआं खुशियां विच खुश होवे, इहनूं गुलामी नहीं कहिंदे, इहनूं जिंदगी कहिंदे आ। पति पत्नी दे नाल इक दूजे दा साथ निभाउणा कहिंदे आ। जदों किते मैं ढिल्ला हो जांदा तू देखिया ओह दिन रात गर्मी सर्दी धुप्पां दी कोई परवाह नहीं करदी, सेवा च लगी रहिंदी आ। ते जे कदे ओहनूं मेरी लोड़ पै जावे औखे टाइम जां बीमारी टाइम ते मैं ओहदा साथ ना देवां, हद ही हो गई। आ जिहड़ियां असीं हस हस के जां नच टप के वीडियो क्लिप्स बनाउने आ ते ओहदे च किसे नूं की टेंशन है, खुशियां गमियां तां असीं दोनां ने मियां बीवी ने रल के हटाउणियां, किसे नूं की प्रॉब्लम है इहदे विच, असीं तां खुश आ ना। ते तुसी इहनूं चाहे गुलामी कह दो जां जोरू दा गुलाम कह लो, जो मर्जी कही चलो, पर इह जीवन साथी दा इन्ना क ध्यान रखणा तां इक दूजे दा फर्ज है ना। पुत मैनूं इन्ना तां पता लग गया वी तूं आपदी जगह ते सही आ। जदों मैं ते तेरा डैडी किते साल छमाही वी जांदे सी ना, आए सोचदे सी वी असीं दोनों चलणे आ, लोक देख के की कहणगे। आही गल दा पुआड़ा बेबे, लोक की कहणगे, लोक तां आपां नूं टेंशनां च पा के नजारे ही लैणगे। ਹੁਣ ਤੁਸੀਂ ਵੀ ਖੜਾ ਛੱਡ ਦੋ ਕਿ ਲੋਕ ਕੀ ਕਹਿਣਗੇ। ਅਸਲ 'ਚ ਇਨਸਾਨ ਆਪਣੀਆਂ ਖੁਸ਼ੀਆਂ ਦਾ ਜ਼ਿੰਮੇਵਾਰ ਖੁਦ ਹੁੰਦਾ ਆ, ਤੇ ਜੇਕਰ ਪਤੀ ਪਤਨੀ ਇੱਕ ਦੂਜੇ ਦਾ ਸਾਥ ਦਿੰਦੇ ਨੇ ਤਾਂ ਉਹ ਗੁਲਾਮੀ ਨਹੀਂ ਹੁੰਦੀ, ਪਿਆਰ ਹੁੰਦਾ ਆ। ਤੇ ਜੇਕਰ ਤੁਸੀਂ ਵੀ ਪਤੀ ਪਤਨੀ ਦੇ ਇਸ ਪਿਆਰੇ ਨਿੱਘੇ ਮਿੱਠੇ ਰਿਸ਼ਤੇ ਨੂੰ ਪਸੰਦ ਕਰਦੇ ਹੋ ਜਾਂ ਕੋਈ ਹੋਰ ਨਵੀਂ ਸੇਧ ਦੇਣਾ ਚਾਹੁੰਦੇ ਹੋ ਨਾ, ਤਾਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ।